ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 8 ਮਾਰਚ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪਹਿਲੀ ਲੇਬਰ G20 ਮੀਟਿੰਗ ਕਿੱਥੇ ਹੋਵੇਗੀ ਹਾਂਜੀ ਪਹਿਲੀ ਲੇਬਰ G20 ਮੀਟਿੰਗ ਇਹ ਕਿੱਥੇ ਹੋਵੇਗੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਅੰਮ੍ਰਿਤਸਰ ਦੇ ਵਿੱਚ 19 ਤੋਂ 20 ਮਾਰਚ ਨੂੰ ਪਹਿਲੀ ਲੇਬਰ G20 ਮੀਟਿੰਗ ਹੋਵੇਗੀ ਇਸ ਦੇ ਵਿੱਚ 20 ਦੇਸ਼ਾਂ ਦੇ ਟ੍ਰੇਡ ਯੂਨੀਅਨ ਕੇਂਦਰਾਂ ਦੇ ਨੇਤਾ ਸ਼ਾਮਿਲ ਹੋਣਗੇ ਟ੍ਰੇਡ ਯੂਨ ਯੂਨੀਅਨ ਠੀਕ ਹੈ ਹੁਣ ਅੰਮ੍ਰਿਤਸਰ ਦੀ ਗੱਲ ਕੀਤੀ ਹੈ ਤਾਂ ਅੰਮ੍ਰਿਤਸਰ ਦੀ ਸਥਾਪਨਾ ਕਿੰਨਾ ਨੇ ਕੀਤੀ ਸੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਪੁੱਛ ਲਿਆ ਜਾਂਦਾ ਅੰਮ੍ਰਿਤਸਰ ਦਾ ਪੁਰਾਣਾ ਨਾਮ ਆ ਜੀ ਰਾਮਦਾਸਪੁਰਾ ਤੇ ਇੱਥੇ ਹੀ ਹਰਮੰਦਰ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ 골ਡਨ ਟੈਂਪਲ ਆ ਅੰਮ੍ਰਿਤਸਰ ਦੇ ਵਿੱਚ ਤੇ ਕਿ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਆ ਉਹ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ ਅਗਲਾ ਪ੍ਰਸ਼ਨ ਹਾਲ ਹੀ ਵਿੱਚ جاری ਇਲੈਕਟੋਰਲ ਮੋਰਕਸੀ ਇੰਡੈਕਸ ਜਾਰੀ ਕੀਤਾ ਗਿਆ ਵਾ ਇਸ ਦੇ ਵਿੱਚ ਟੌਪ ਤੇ ਕੌਣ ਰਿਹਾ ਹਾਂਜੀ ਰੀਸੈਂਟਲੀ ਇਲੈਕਟੋਰਲ ਮੋਰਕਸੀ ਇੰਡੈਕਸ ਜਾਰੀ ਕੀਤਾ ਗਿਆ ਇਸ ਦੇ ਵਿੱਚ ਟੌਪ ਤੇ ਆ ਜੀ ਡੈਨਮਾਰਕ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਸੈਕੰਡ ਤੇ ਆ ਸਵੀਡਨ ਥਰਡ ਤੇ ਆ ਨਾਰਵੇ ਤੇ ਸਾਡਾ ਦੇਸ਼ ਭਾਰਤ ਇਸ ਦੇ ਵਿੱਚ 108ਵੇਂ ਨੰਬਰ ਤੇ ਆ ਹੁਣ ਟੌਪ ਤੇ ਆ ਡੈਨਮਾਰਕ ਡੈਨਮਾਰਕ ਦੀ ਕੈਪੀਟਲ ਕੀ ਆ ਕੋਪੇਹਨਗਰ ਇੱਥੋਂ ਦੀ ਕਰੰਸੀ ਆ ਡੈਨਿਸ ਕਰੋਨਾ ਇਤੋਂ ਦੇ ਪ੍ਰਾਈਮ ਮਿਨਿਸਟਰ ਆ ਮੈਡ ਫਰੇਡਿਕਸ਼ਨ ਅਗਲਾ ਪ੍ਰਸ਼ਨ ਹਾਲ ਹੀ ਵਿੱਚ 54 ਸਾਲ ਬਾਅਦ ਸੰਤੋਸ਼ ਟਰੋਫੀ ਕਿਸ ਨੇ ਜਿੱਤੀ ਹੈ ਹਾਂਜੀ 54 ਸਾਲ ਬਾਅਦ ਸੰਤੋਸ਼ ਟਰੋਫੀ ਜਿੱਤੀ ਆ ਕਿੰਨਾ ਨੇ ਜਿੱਤੀ ਆ ਕਰਨਾਟਕ ਦੇ ਕਰਨਾਟਕ ਨੇ ਮੇਘਾਲਿਆ ਨੂੰ ਹਰਾ ਕੇ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਕਰਨਾਟਕ ਨੇ ਮੇਘਾਲਿਆ ਨੂੰ ਹਰਾ ਕੇ 54 ਸਾਲ ਬਾਅਦ ਸੰਤੋਸ਼ ਟਰੋਫੀ ਜਿੱਤੀ ਆ ਤੇ 2020 ਦੀ ਕਿਨੇ ਜਿੱਤੀ ਸੀਗੀ 2020 ਦੀ ਜਿਹੜੀ ਟਰਾਫੀ ਆ ਸੰਤੋਸ਼ ਟਰਾਫੀ ਇਹ ਜਿੱਤੀ ਸੀ ਕੇਰਲ ਨੇ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ 54 ਸਾਲ ਬਾਅਦ ਸੰਤੋਸ਼ ਟਰਾਫੀ ਕਰਨਾਟਕ ਨੇ ਜਿੱਤੀ ਆ ਤੇ ਸੰਤੋਸ਼ ਟਰਾਫੀ ਇੱਕ ਰਾਜ ਪੱਧਰ ਦੀ ਫੁੱਟਬਾਲ ਪ੍ਰਤੀਯੋਗਤਾ ਵਾ ਠੀਕ ਹੈ ਹੁਣ ਆਪਾਂ ਕਰਨਾਟਕ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਕੀ ਆ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਬਸਵਰਾਜ ਬੋਮਈ ਇਤੋਂ ਦੇ ਗਵਰਨਰਾ ਥਾ ਵਰਚੰਦਰ ਗਹਿਲੌਤ ਕਰਨਾਟਕ ਦੇ ਵਿੱਚ ਨਾਗਰਹੋਲ ਨੈਸ਼ਨਲ ਪਾਰਕਾ ਬਾਂਦੀਪੁਰ ਨੈਸ਼ਨਲ ਪਾਰਕਾ ਤੁੰਗਪਧਰਾ ਨੈਸ਼ਨਲ ਪਾਰਕਾ ਕੁਦਰੇਮੁਖਾ ਨੈਸ਼ਨਲ ਪਾਰਕਾ ਬਨੇਰਕਾ ਟਾਵਰ ਨੈਸ਼ਨਲ ਪਾਰਕਾ ਆਂਚੀ ਨੈਸ਼ਨਲ ਪਾਰਕਾ ਪਧਰਾ ਵਾਈਲਡਲਾਈਫ ਸੈਂਚਰੀ ਆ ਸੁਮੇਸ਼ਵਰ ਵਾਈਲਡਲਾਈਫ ਸੈਂਚਰੀ ਆ ਪੀਐਮ ਮੋਦੀ ਨੇ ਕਰਨਾਟਕ ਚ ਸ਼ਿਵਮੋਗਾ 에য়ারਪੋਰਟ ਦਾ ਉਦਘਾਟਨ ਕੀਤਾ ਕਰਨਾਟਕ ਸਰਕਾਰ ਨੇ ਅਮ੍ਰਿਤ ਨਗਰੋ ਨਾਥਨ ਸਕੀਮ ਦਾ ਐਲਾਨ ਕੀਤਾ ਕਰਨਾਟਕ ਦੇ ਮੁੱਖ ਮੰਤਰੀ ਨੇ 108 8 ਨਮਾ ਤਲਿਨਿਕ ਲਾਂਚ ਕੀਤੇ ਕਰਨਾਟਕ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਖੋਲੀ ਗਈ ਕਰਨਾਟਕ ਦੇ ਵਿੱਚ ਆਧੁਨਿਕ ਸਿੰਚਾਈ ਸਿੰਚਾਈ ਪ੍ਰਣਾਲੀ ਵਾਲੀ ਨਰਾਇਣਪੁਰ ਖੱਬੇ ਕੰਡੇ ਦੀ ਨਹਿਰ ਦਾ ਉਦਘਾਟਨ ਕੀਤਾ ਗਿਆ ਕੇਂਦਰ ਨੇ ਕਰਨਾਟਕ ਦੇ ਵਿੱਚ ਕਲਸਾ ਬੰਦੂਰੀ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਅਮਿਤ ਸ਼ਾਹ ਨੇ ਕਰਨਾਟਕ ਦੇ ਮੰਡਿਆ ਦੇ ਵਿੱਚ ਮੈਗਾ ਡੈਰੀ ਦਾ ਉਦਘਾਟਨ ਕੀਤਾ ਕਰਨਾਟਕ ਸਰਕਾਰ ਨੇ ਖਾਣਾ ਬਦਲੀਆਂ ਦੇ ਲਈ ਵਿਕਾਸ ਬੋਰਡ ਸਥਾਪਿਤ ਕੀਤਾ ਤੇ ਕਰਨਾਟਕ ਸਰਕਾਰ ਨੇ ਨੌਕਰੀਆਂ ਦੇ ਲਈ ਇੱਕ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਹੁਨਰ ਪੋਰਟਲ ਬਣਾਇਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਨੇਵਲ ਕਮਾਂਡਰਜ਼ ਦਾ ਪਹਿਲਾ ਐਡੀਸ਼ਨ ਹਾਲ ਹੀ ਵਿੱਚ ਕਿੱਥੇ ਲਾਂਚ ਕੀਤਾ ਗਿਆ ਹਾਂਜੀ ਨੇਵਲਜ਼ ਕਮਾਂਡਰਜ਼ ਦਾ ਪਹਿਲਾ ਐਡੀਸ਼ਨ ਆ ਜਿਹੜਾ ਇਹ ਲਾਂਚ ਕੀਤਾ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਮਿਜ਼ਾਈਲ ਦੇ ਕਿਸ ਮਿਜ਼ਾਈਲ ਦੇ ਜਹਾਜ਼ ਦੁਆਰਾ ਲਾਂਚ ਕੀਤੇ ਜਾਣ ਵਾਲੇ ਸੰਸਕਰਨ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ ਹੈ ਹਾਂ ਜੀ ਮਿਜ਼ਾਈਲ ਕਿਹੜੀ ਹੈ ਬ੍ਰਹਿਮੋਸ ਬ੍ਰਹਿਮੋਸ ਮਿਜ਼ਾਈਲ ਦੇ ਜਹਾਜ਼ ਦੁਆਰਾ ਲਾਂਚ ਕੀਤੇ ਜਾਣ ਵਾਲੇ ਸੰਸਕਰਨ ਦੀ ਸਫਲਤਾਪੂਰਵਕ ਜਾਂਚ ਆ ਜਿਹੜੀ ਕੀਤੀ ਗਈ ਆ ਤਾਂ ਆਪਸ਼ਨ ਨੰਬਰ ਇੱਥੇ ਏ ਰਾਈਟ ਆਨਸਰ ਹੈ ਠੀਕ ਹੈ ਅਰਬ ਅਰਬ ਸਾਗਰ ਜਹਾਜ਼ ਦੁਆਰਾ ਅਰਬ ਸਾਗਰ ਜਹਾਜ਼ ਦੇ ਵਿੱਚ ਬ੍ਰਹਿਮੋਸ ਮਿਜ਼ਾਈਲ ਦੇ ਜਹਾਜ਼ ਦੁਬਾਰਾ ਜੋ ਲਾਂਚ ਕੀਤਾ ਗਿਆ ਸੰਸਕਰਣ ਉਸ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ ਆ। ਅਗਲਾ ਪ੍ਰਸ਼ਨ ਹਾਲ ਹੀ ਵਿੱਚ BBC Indian Sports Women of the Year 2022 ਦਾ ਖਿਤਾਬ ਕਿਸ ਨੇ ਜਿੱਤਿਆ? ਹਾਂਜੀ BBC Indian Sports Women of the Year 2022 ਦਾ ਖਿਤਾਬ ਮੀਰਾ ਬਾਈ ਚਾਨੂ ਨੇ ਜਿੱਤਿਆ। ਆਪਸ਼ਨ ਸੀ ਇਸ ਆ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਬੈਟ ਲਿਫਟਰ ਮੀਰਾ ਬਾਈਚਾਨੂ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿੱਥੇ ਵਿਸ਼ੇਸ਼ ਸਰਕਾਰੀ ਕੈਂਪਾਂ ਦਾ ਉਦਘਾਟਨ ਕੀਤਾ ਗਿਆ ਹਾਂਜੀ ਵਿਸ਼ੇਸ਼ ਸਰਕਾਰੀ ਕੈਂਪ ਦਾ ਉਦਘਾਟਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਜੰਮੂ ਕਸ਼ਮੀਰ ਇਹ ਜਿਹੜਾ ਉਦਘਾਟਨ ਜੰਮੂ ਕਸ਼ਮੀਰ ਦੇ ਲਿਊਟੇਨੈਂਟ ਗਵਰਨਰ ਮਨੋਜ ਸਿਨਹਾਣੀ ਕੀਤਾ ਹੁਣ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਕੈਪੀਟਲ ਹੈ ਸ਼ੇਰੀ ਨਗਰ ਇੱਥੋਂ ਦੇ ਲਿਊਟੇਨੈਂਟ ਗਵਰਨਰ ਹਨ ਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਕਾਜੀਨਾਗ ਨੈਸ਼ਨਲ ਪਾਰਕ ਸਲੇਮਲੀ ਨੈਸ਼ਨਲ ਪਾਰਕ ਕੇਸਤਵਾੜ ਨੈਸ਼ਨਲ ਪਾਰਕ ਜੰਮੂ ਕਸ਼ਮੀਰ ਦੇ ਫੇਮਸ ਲੋਕ ਨਾਚ ਆ ਰੋਫ ਹਿੱਕਤ ਕੁੜ ਕੁੜਕ ਡੰਡੀ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਡਲ ਝੀਲਾ ਬੁਲਰ ਝੀਲਾ ਗੈਮਰ ਝੀਲਾ ਮਾਨਸ ਬਲ ਝੀਲਾ ਗੰਗਾਵਲ ਝੀਲਾ ਕੋ ਸਰਬਲ ਝੀਲਾ ਸ਼ੇਸ਼ਨਾਗ ਝੀਲਾ 나ਗਿੰਗ ਝੀਲਾ ਬੈਰੀਨਾਗ ਝੀਲਾ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਏਸ਼ੀਆ ਦੀ ਏਸ਼ੀਆ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਾਈਕਲ ਦੌੜ ਸ਼੍ਰੀਨਗਰ ਦੇ ਵਿੱਚ ਸ਼ੁਰੂ ਹੋਈ ਸੈਰ ਸਪਾਟਾ ਮੰਤਰਾਲੇ ਨੇ ਜੰਮੂ ਕਸ਼ਮੀਰ ਦੇ ਵਿੱਚ ਪਹਿਲੀ ਬਰਫ਼ ਮੈਰਾਥਨ ਦਾ ਆਯੋਜਨ ਕੀਤਾ ਜੰਮੂ ਕਸ਼ਮੀਰ ਨੂੰ ਬੈਸਟ ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਦਾ ਅਵਾਰਡ ਮਿਲਿਆ ਭਾਰਤ ਵਿੱਚ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਵਿੱਚ ਲੀਥੀਅਮ ਦਾ ਭੰਡਾਰ ਮਿਲੇ। ਭਾਰਤ ਦਾ ਪਹਿਲਾ ਗਲਾਸ ਈਗਲੂ ਰੈਸਟੋਰੈਂਟ ਗੁਲਮਰਗ ਦੇ ਵਿੱਚ ਖੋਲਿਆ। ਖੇਲੋ ਇੰਡੀਆ ਵਿੰਟਰ ਗੇਮਸ ਦਾ ਤੀਜਾ ਐਡੀਸ਼ਨ ਜੰਮੂ ਕਸ਼ਮੀਰ ਦੇ ਵਿੱਚ ਸ਼ੁਰੂ ਹੋਇਆ। ਕਸ਼ਮੀਰ ਜੰਮੂ ਕਸ਼ਮੀਰ ਦੀ ਹਰ گاؤں ਹਰੀਆਲੀ ਪਹਿਲ ਨੇ 90 ਲੱਖ ਬੂਟੇ ਲਗਾਉਣ ਦਾ ਰਿਕਾਰਡ ਬਣਾਇਆ। ਅਗਲਾ ਪ੍ਰਸ਼ਨ ਹਾਲ ਹੀ ਵਿੱਚ ਮੋਗੰਝ ਕਿਸ ਰਾਜ ਦਾ 35ਵਾਂ ਜ਼ਿਲ੍ਹਾ ਬਣ ਗਿਆ ਹੈ? ਹਾਂਜੀ ਮੋਗੰਝ ਮੋਗੰਝ ਮੱਧ ਪ੍ਰਦੇਸ਼ ਦਾ 23ਵਾਂ 53ਵਾਂ ਜ਼ਿਲ੍ਹਾ ਬਣਿਆ ਠੀਕ ਹੈ ਹੁਣ ਮੱਧ ਪ੍ਰਦੇਸ਼ ਦੇ ਪਹਿਲਾਂ ਇਹ ਜੇ ਅਸੀਂ ਮੋਗੰਝ ਦੀ ਗੱਲ ਕਰੀਏ ਤਾਂ ਇਹ ਮੱਧ ਪ੍ਰਦੇਸ਼ ਦੇ ਰਿਬਾ ਜ਼ਿਲ੍ਹੇ ਦੀ ਤਹਿਸੀਲ ਸੀ ਹੁਣ ਮੋਗੰਝ 53ਵਾਂ ਜ਼ਿਲ੍ਹਾ ਬਣ ਗਿਆ ਮੱਧ ਪ੍ਰਦੇਸ਼ ਦਾ অপਸ਼ਨ A ਇਸ ਦਾ ਰਾਈਟ ਆਨਸਰ ਮੱਧ ਪ੍ਰਦੇਸ਼ ਦਾ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਇਥੋਂ ਦੇ ਚੀਫ ਮਿਨਿਸਟਰ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਇਥੋਂ ਦੇ ਚੀਫ ਮਿਨਿਸਟਰ ਸ਼ਿਵਰਾਜ ਸਿੰਘ ਚੋਹਾਨ ਤੇ ਇਥੋਂ ਦੇ ਗਵਰਨਰ ਆ ਮੰਗੂਪਾਈ ਸ਼ੱਗਣਪਾਈ ਪਟੇਲ ਮਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਮਾਧਵ ਨੈਸ਼ਨਲ ਪਾਰਕ ਆ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕ ਆ ਕਾਨਾ ਨੈਸ਼ਨਲ ਪਾਰਕ ਆ ਵੰਦਵਗੜ ਨੈਸ਼ਨਲ ਪਾਰਕ ਆ ਵਨ ਵਿਹਾਰ ਨੈਸ਼ਨਲ ਪਾਰਕ ਆ ਰੂਦਰ ਸਾਗਰ ਝੀਲ ਨੈਸ਼ਨਲ ਪਾਰਕ ਆ ਪੈਂਚ ਨੈਸ਼ਨਲ ਪਾਰਕਾ ਸਤਪੁਰਾ ਨੈਸ਼ਨਲ ਪਾਰਕਾ ਪੰਨਾ ਨੈਸ਼ਨਲ ਪਾਰਕਾ ਨੈਸ਼ਨਲ ਪਾਰਕ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਆ ਮੱਧ ਪ੍ਰਦੇਸ਼ ਪੋਪਾਲ ਦੇ ਵਿੱਚ ਸੱਤਵੀਂ ਅੰਤਰਰਾਸ਼ਟਰੀ ਧਰਮ ਥੰਮਾ ਕਾਨਫਰੰਸ ਦਾ ਯੋਜਨ ਕੀਤਾ ਗਿਆ ਖੋਜਰਾਹੋ ਡਾਂਸ ਫੈਸਟੀਵਲ ਦਾ ਨੰਨਜ਼ਮਾ ਐਡੀਸ਼ਨ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਮੱਧ ਪ੍ਰਦੇਸ਼ ਸਰਕਾਰ ਨੇ ਇਸਲਾਮ ਨਗਰ ਪਿੰਡ ਦਾ ਨਾਮ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਕੇਲੋ ਇੰਡੀਆ ਜੁੱਧ ਗੇਮਸ ਦੇ ਵਿੱਚ 2022 ਦਾ 5ਵਾਂ ਐਡੀਸ਼ਨ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਲਾਡਲੀ ਬਹਿਣਾਸ ਯੋਜਨਾ ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਆਬਾਸ ਭੂ ਅਧਿਕਾਰ ਯੋਜਨਾ ਸ਼ੁਰੂ ਕੀਤੀ। ਅਗਲਾ ਪ੍ਰਸ਼ਨ ਹਾਲ ਹੀ ਵਿੱਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਕਿਹੜੇ ਦੇਸ਼ ਵਿੱਚ ਫਸੇ ਸਾਰੇ ਭਾਰਤੀਆਂ ਨੂੰ ਬਾਹਰ ਲਿਆਂਦਾ ਹੈ? ਹਾਂਜੀ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ। ਇਸ ਦੇ ਹੈੱਡ ਕੋਨ ਇਕਵਾਲ ਸਿੰਘ ਲਾਲਪੁਰਾ। ਠੀਕ ਹੈ। ਤੇ ਇਸ ਨੇ ਜਾਨੀ ਕਿ ਰਾਸ਼ਟਰੀ ਘਟ ਗਿੰਤੀ ਕਮਿਸ਼ਨ ਨੇ ਲੀਬੀਆ ਦੇ ਵਿੱਚ ਫਸੇ ਦੇਸ਼ ਨਿਵਾਸੀਆਂ ਨੂੰ ਬਾਹਰ ਲਿਆਂਦਾ অপਸ਼ਨ ਬੀ ਇਸ ਦਾ ਰਾਈਟ ਆਨਸਰ ਲੀਬੀਆ ਹੁਣ ਲੀਬੀਆ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲੀਬੀਆ ਲੀਬੀਆ ਦੀ ਕੈਪੀਟਲ ਕੀ ਹੈ ਟ੍ਰਿਪਲੀ ਇਥੋਂ ਦੀ ਕਰੰਸੀ ਆ ਲੀਬੀਅਨ ਦਿਨਾਰ ਇਥੋਂ ਦੇ ਪ੍ਰੈਜ਼ੀਡੈਂਟ ਆ ਅਬਦੁੱਲ ਹਾਮਿਦ ਤਬੀਹ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਡਾਕ ਵਿਭਾਗ ਦਾ ਵਿਲੱਖਣ ਕਵਰ ਗੋ ਗ੍ਰੀਨ ਗੋ ਆਰਗੈਨਿਕ ਜਾਰੀ ਕੀਤਾ ਹਾਂਜੀ ਡਾਕ ਵਿਭਾਗ ਦਾ ਵਿਲੱਖਣ ਕਵਰ ਗੋ ਗ੍ਰੀਨ ਗੋ ਆਰਗੈਨਿਕ ਜਾਰੀ ਕੀਤਾ ਹੈ ਕਿਸ ਨੇ ਜਾਰੀ ਕੀਤਾ ਇਹ ਕੀਤਾ ਹੈ ਜੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਕੀਤਾ ਕਿੱਥੇ ਆ ਸਿੱਕਮ ਦੇ ਵਿੱਚ ਕੀਤਾ ਗਿਆ ਠੀਕ ਹੈ ਜੀ ਦੇਖੋ ਆ ਅਸ਼ਨਵੀ ਵੈਸ਼ਨਵ ਦੇ ਨਾਲ ਅੱਜ ਕੱਲ ਅਸੀਂ ਗੱਲ ਕਰੀਏ ਅਸ਼ਵਨੀ ਵੈਸ਼ਨਵ ਦੇ ਚਾਰ ਮੰਤਰੀਆਂ ਦੇ ਨਾਲ ਠੀਕ ਹੈ ਸਿੱਕਮ ਦੇ ਵਿੱਚ ਡਾਕ ਵਿਭਾਗ ਦਾ ਵਿਲੱਖਣ ਕਵਰ ਗੋ ਗ੍ਰੀਨ ਗੋ ਆਰਗੈਨਿਕ ਚਾਰੀ ਕੀਤਾ ਆਪਸ਼ਨ ਇੱਥੇ ਰਾਈਟ ਆਨਸਰ ਹੈ ਜੀ ਸੀ ਤੇ ਹੁਣ ਅਸੀਂ ਗੱਲ ਕੀਤੀ ਹੈ ਸਿੱਕਮ ਦੀ ਤਾਂ ਇਹ ਸਿੱਕਮ ਦੇ ਵਿੱਚ ਲਾਂਚ ਹੋਇਆ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੱਕਮ ਸਿੱਕਮ ਦੇ ਨਾਲ ਰਿਲੇਟਿਡ ਤੁਸੀਂ ਯਾਦ ਰੱਖਣਾ ਕਿਸ ਸਿੱਕਮ ਦੇ ਵਿੱਚ ਦੁਨੀਆ ਦਾ ਸਿੱਕਮਾ ਜਿਹੜਾ ਦੁਨੀਆ ਦਾ 100% ਆਰਗੈਨਿਕ ਸਟੇਟ ਆ ਜੈਨਕਿ 100% ਜੈਵਿਕ ਰਾਜ ਆ ਠੀਕ ਹੈ ਸਿੱਕਮ ਦੀ ਕੈਪੀਟਲ ਆ ਗੰਗਟੋਕ ਇੱਥੋਂ ਦੇ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਤਮਾਮ ਇੱਥੋਂ ਦੇ ਗਵਰਨਰ ਆ ਲਕਸ਼ਮਨ ਪ੍ਰਸਾਦ ਅਚਾਰੀਆ ਸਿੱਕਮ ਦੇ ਵਿੱਚ ਕੰਚਨ ਜੰਗਾ ਨੈਸ਼ਨਲ ਪਾਰਕ ਆ ਅਗਲਾ ਪ੍ਰਸ਼ਨ ਕੇਸਰਾ ਸਰਕਾਰ ਨੇ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾ ਦੀ ਖਰੀਦ ਤੇ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਨੂੰ ਮਾਫ ਕਰਨ ਦਾ ਐਲਾਨ ਕੀਤਾ। ਹਾਂਜੀ ਇਲੈਕਟ੍ਰੀਕਲ ਵਾਹਨਾ ਦੀ ਖਰੀਦ ਤੇ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਨੂੰ ਮਾਫ ਕਰਨ ਦਾ ਐਲਾਨ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ। ਆਪਸ਼ਨ B ਇਸ ਦਾ ਰਾਈਟ ਆਨਸਰ ਹੈ ਤਾਂ ਜੋ ਇਲੈਕਟ੍ਰੀਕਲ ਵਹੀਕਲ ਨੂੰ ਵਧਾਵਾ ਦੇ ਸਕੇ। ਠੀਕ ਹੈ ਹੁਣੇ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਹਾਂਜੀ ਉੱਤਰ ਪ੍ਰਦੇਸ਼ ਦੀ ਜੇਕਰ ਗੱਲ ਕਰੀਏ ਤਾਂ ਇਸ ਦੀ ਕੈਪੀਟਲ ਕੀ ਆ ਹਾਂਜੀ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਜੀ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੌਂਪਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਆ ਯੋਗਿਆ ਦਤਿਆਨਾਥ ਇੱਥੋਂ ਦੇ ਗਵਰਨਰ ਆ ਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਦਵਾ ਨੈਸ਼ਨਲ ਪਾਰਕ ਆਏ ਚੀਤਿਆਂ ਦੇ ਲਈ ਫੇਮਸ ਆ ਉੱਤਰ ਪ੍ਰਦੇਸ਼ ਦੇ ਫੇਮਸ ਲੋਕ ਨਾਚ ਆ ਚੋਰਾ ਨੋਟੰਕੀ ਕਜ਼ਰੀ ਭਾਰਤ ਦੇ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸਰਕਾਰ ਨੇ ਫੈਮਿਲੀ ਆਈਡੀ ਪੋਰਟਲ ਲਾਂਚ ਕੀਤਾ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ 24 ਜਨਵਰੀ ਨੂੰ ਮਨਾਇਆ ਗਿਆ ਉੱਤਰ ਪ੍ਰਦੇਸ਼ ਸਰਕਾਰ ਕੁਦਰਤ ਅਤੇ ਪਾਣੀ ਉਤਸਵ ਦੇ 7ਵੇਂ ਸੰਸਕਰਣ ਦੀ ਮੇਜ਼ਬਾਨੀ ਕਰੇਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਲੜਕੀਆਂ ਲਈ ਉਰੋਹਨੀ ਪਹਿਲ ਸਿਖਲਾਈ ਸ਼ੁਰੂ ਕੀਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ BFS ਗਲੋਬਲ ਜੁਆਇੰਟ ਵੀਜ਼ਾ ਅਪਲੀਕੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਇੰਡੀਆਜ਼ ਵੈਕਸੀਨ ਗਰੋਥ ਕੀਤਾ ਕਿਤਾਬ ਪ੍ਰਕਾਸ਼ਿਤ ਕੀਤੀ ਹਾਂਜੀ ਇੰਡੀਆਜ਼ ਵੈਕਸੀਨ ਗ੍ਰੋਥ ਸਟੋਰੀ ਇਹ ਕਿਤਾਬ ਆ ਜਿਹੜੀ ਪ੍ਰਕਾਸ਼ਿਤ ਕੀਤੀ ਆ ਡਾਕਟਰ ਮਨਸੂਖ ਮੰਡਾਵੀਆ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਇਸ ਨੂੰ ਲਿਖਿਆ ਕਿਸ ਨੇ ਆ ਸੱਜਨ ਸਿੰਘ ਜਾਦਵ ਨੇ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਦੇ ਖੋਜ ਟੈਕਨਾਲੋਜੀ ਤੇ ਸਮਝੌਤਾ ਕੀਤਾ ਹਾਂਜੀ ਭਾਰਤ ਅਤੇ ਮੈਕਸੀਕੋ ਦੇਸ਼ ਨੇ ਖੋਜ ਟੈਕਨਾਲੋਜੀ ਤੇ ਸਮਝੌਤਾ ਕੀਤਾ অপਸ਼ਨ A ਇਸ ਦਾ ਰਾਈਟ ਆਨਸਰ ਹੁਣ ਅਸੀਂ ਮੈਕਸੀਕੋ ਦੀ ਗੱਲ ਕੀਤੀ ਹੈ ਤਾਂ ਮੈਕਸੀਕੋ ਦੀ ਕੈਪੀਟਲ ਕੀ ਆ ਮੈਕਸੀਕਨ ਸਿਟੀ ਇੱਥੋਂ ਦੀ ਕਰੰਸੀ ਆ ਮੈਕਸੀਕਨ ਪੈਸੋ ਇੱਥੋਂ ਦੇ ਪ੍ਰੈਜ਼ੀਡੈਂਟ ਆ ਐਂਡ੍ਰੀਸ ਮੈਨੂਅਲ ਲੋਪੇਜ਼ ਓਬਰਾਡੋਰ ਠੀਕ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ